20 ਤਰੀਕ ਨੂੰ ਜ਼ਿਮਨੀ ਚੋਣਾਂ ਦੇ ਦੌਰਾਨ ਡੇਰਾ ਬਾਬਾ ਨਾਨਕ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਸੀ। ਤੁਸੀਂ ਵੇਖਿਆ ਸੀ ਕਿ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਸੀ, ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਸੀ, ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ 'ਤੇ ਬੌਖਲਾਹਟ ਦੇ ਇਲਜ਼ਾਮ ਲਗਾ ਰਹੇ ਸੀ। ਤਾਂ ਹੁਣ ਸਰਫਕੋਟ ਦੇ ਵਿੱਚ ਜਿਹੜੇ ਸੁਖਜਿੰਦਰ ਰੰਧਾਵਾ ਨੇ, ਉਹ ਹਾਲ ਚਾਲ ਜਾਣਨ ਦੇ ਲਈ ਪਹੁੰਚੇ ਨੇ ਕਾਂਗਰਸੀ ਵਰਕਰਾਂ ਦਾ, ਤਾਂ ਉਹਨਾਂ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਖਿਲਾਫ਼। ਤਾਂ ਦੂਸਰੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦਾ ਕੀ ਪੱਖ ਹੈ, ਇਹ ਵੀ ਜਾਣਨਾ ਅਹਿਮ ਹੋ ਜਾਂਦਾ ਹੈ। ਫਿਲਹਾਲ ਸੁਖਜਿੰਦਰ ਰੰਧਾਵਾ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਪਰ ਹੁਣ ਦੋਨੋਂ ਪੱਖ ਨੇ ਜਿਹੜੇ ਉਹ ਆਹਮੋ ਸਾਹਮਣੇ ਨੇ। ਉਸ ਦਿਨ ਦੋਨੋਂ ਪਾਰਟੀਆਂ ਆਹਮੋ ਸਾਹਮਣੇ ਸੀ, ਤਾਂ ਹੁਣ ਦੋਨਾਂ ਦੇ ਪੱਖ ਸਾਹਮਣੇ ਆ ਚੁੱਕੇ ਨੇ, ਜੋ ਕਿ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਖਰ ਕਿਸ ਦੀ ਗਲਤੀ ਸੀ, ਕਿਸ ਦੇ ਵੱਲੋਂ ਭੰਨ ਤੋੜ ਕੀਤੀ ਗਈ ਸੀ, ਕਿਸ ਦੇ ਘਰ ਦੇ ਅੰਦਰ ਦਾਖਲ ਹੋ ਕੇ, ਤਾਂ ਕਾਰਵਾਈ ਕਿਸ 'ਤੇ ਹੋਣੀ ਬਣਦੀ ਹੈ। ਡਾਕਟਰ ਪ੍ਰੇਮ ਸਿੰਘ ਹੋਣੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸੀਗਾ, ਅਤੇ ਆਓ ਤੁਸੀਂ ਦੇਖੋ ਕਿ ਕਿਵੇਂ ਇਹਦੇ ਘਰ ਦੇ ਵੀ ਕੈਮਰੇ ਤੋੜ ਕੇ ਚਲੇ ਗਏ, ਔਰ ਜਿੱਥੇ ਜਿੱਥੇ ਤੁਸੀਂ ਵੇਖਿਆ ਮੋਟਰਸਾਈਕਲ ਤੋੜ ਕੇ ਕੜੀਸ ਕੇ ਲੈ ਕੇ ਜਾ ਰਹੇ ਨੇ, ਔਰ ਨਾਲ ਹੀ ਅੱਜ ਉਹਨਾਂ ਦੇ ਘਰਾਂ 'ਚ ਕੰਧਾਂ ਟੱਪ ਕੇ ਅਤੇ ਕਰਕੇ ਜਾਣਾ, ਔਰ ਬੜਾ ਗੰਦਾ ਨਾਚ। ਔਰ ਹੁਣ ਵੀ ਪਿੰਡ ਵਾਲੇ ਕਹਿ ਰਹੇ ਨੇ ਕਿ ਜੀ ਉੱਥੇ ਖੜ੍ਹੇ ਨੇ, ਸਾਨੂੰ ਐਪਲੀਕੇਸ਼ਨ ਦੇਣ ਲਈ ਨਹੀਂ ਇਹ ਲੈ ਕੇ ਐਪਲੀਕੇਸ਼ਨ ਦੇਣ ਲਈ ਵੀ ਨਹੀਂ ਜਾ ਰਹੇ। ਤੋ ਇਹ ਜਿਹੜਾ ਪਹਿਲੀ ਵਾਰੀ ਹੋਇਆ ਹਿਸਟਰੀ 'ਚ ਕਿ ਡੇਰਾ ਬਾਬਾ ਨਾਨਕ 'ਚ ਜਾਂ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਵਾਲੀ ਇਲੈਕਸ਼ਨ ਨਹੀਂ ਹੋਈ। ਸ਼ਰੇਆਮ ਗੈਂਗਸਟਰ ਦੀ ਮਾਂ ਫਿਰਦੀ ਰਹੀ, ਉਹਦਾ ਭਰਾ ਫਿਰਦਾ ਰਿਹਾ, ਪੁਲਿਸ ਨੂੰ ਜ਼ਰੂਰਤ ਨਹੀਂ ਕੀਤੀ ਉਹਨੂੰ ਇਹ ਰੈਸਟ੍ਰੇਂਟ ਕਰਨ ਦੀ ਕਿ ਤੂੰ ਇੱਥੇ ਬੈਠ, ਤੂੰ ਬਾਹਰ ਨਹੀਂ ਫਿਰ ਸਕਦਾ। ਔਰ ਇੱਥੇ ਵੀ ਅੱਜ ਜਿਹੜੀ ਪਿੰਡ 'ਚ ਹੋਈ ਆ, ਉਹ ਇਹਦੇ ਤੋਂ ਇਹਦਾ ਮਤਲਬ ਲਾਅ ਤਾਂ ਕਿਤੇ ਹੈ ਹੀ ਨਹੀਂ, ਕਾਨੂੰਨ ਵਿਵਸਥਾ ਬਿਲਕੁਲ ਖਤਮ ਹੋ ਗਿਆ। ਪੰਜਾਬ ਨੂੰ ਖਤਮ ਕਰਨ ਵਾਲੇ ਖੰਡੇ 'ਤੇ ਇਹ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ। ਬਸ ਕੋਈ ਗੱਲ ਨਹੀਂ ਹੋਈ ਹੈਗੀ ਕੋਈ ਵੋਟਾਂ ਤੋਂ, ਆ ਵੀ ਤੁਸੀਂ ਉੱਧਰ ਕਾਂਗਰਸ ਵੱਲ ਕਿਉਂ ਗਏ? ਦੋ ਵਾਰੀ ਅੱਗੇ ਵੀ ਇਸ ਤਰ੍ਹਾਂ ਹੋਈ ਆ, ਕੰਧਾਂ ਤੋੜੀਆਂ ਜੋ, ਗੇਟ ਵੱਢਿਆ ਜੋ, ਤੇ ਅੰਦਰ ਵੀ ਅਗਲੇ ਬੂਹੇ ਤੱਕ ਗਏ ਗਾੜੀਆਂ ਹੋਈਆਂ, ਇਸ ਤਰ੍ਹਾਂ ਧੱਕੇ ਨਾਲ ਬੂਹਾ ਦਿੱਤਾ ਹੈ, ਅਸੀਂ ਦੋਵੇਂ ਮੋਟਰਸਾਈਕਲ ਭੰਨੇ ਜੋ, ਇਹਨਾਂ ਰਾਤੀ ਭੰਨ ਤੁਰ ਕੀਤੀ ਆ, ਗੋਲੀ ਵੀ ਲੱਗੇ ਚਲਾਉਣ, ਤੇ ਇਹਨਾਂ ਭੰਨ ਤੁਰ ਕਰਕੇ ਸਾਡਾ ਗੇਟ ਵੱਢਿਆ ਵਾ, ਮੋਟਰਸਾਈਕਲ ਦੋ ਵੱਢੇ ਆ, ਤੇ ਅਸੀਂ ਮਹਾਂ ਬੱਚੇ ਮਤਲਬ ਸਾਡਾ ਭਰਾ ਵੱਡਾ, ਤੇ ਸਵੇਰੇ ਫਿਰ ਗਿਆ ਉੱਧਰ, ਇਹਨਾਂ ਫਿਰ ਮਤਲਬ ਘੇਰਿਆ ਉਹਨੂੰ ਸਵੇਰੇ, ਕਈ ਸਵੇਰੇ ਤੇ ਪੱਠੇ ਲੈਣੇ ਜਾਂਦੇ। ਮਹਾਰਾਜ ਜੀ, ਮੈਂ ਸਮਰਾਵਾਂ ਤੋਂ ਆਇਆ ਤੇ ਆਪਣੇ ਸਰਪੰਚ ਦੇ ਘਰ ਗਿਆ, ਮੋਟਰਸਾਈਕਲ ਮੈਂ ਬਾਹਰ ਲਾਇਆ ਵਾ, ਤੇ ਜਦੋਂ ਮੋਟਰਸਾਈਕਲ ਮੈਂ ਉੱਤੋਂ ਉਤਰ ਗਿਆ ਤੇ ਮੇਰਾ ਮੋਟਰਸਾਈਕਲ ਲੈ ਕੇ, ਮੈਂ ਆਵਾਜ਼ਾਂ ਵੀ ਦਿੰਦਾ ਰਿਹਾ ਮੋਟਰਸਾਈਕਲ ਮੇਰਾ ਜੀ ਨਾ ਕਰੋ ਨਾ ਕਰੋ, ਮੋਟਰਸਾਈਕਲ ਉਸੇ ਵੇਲੇ ਲੈ ਕੇ ਦੇ ਘਰ ਜਾ ਕੇ ਤੋੜ ਭੰਨ ਦਿੱਤਾ ਮੋਟਰਸਾਈਕਲ। ਅਸੀਂ ਸਾਰੇ ਭੱਜ ਗਏ ਉੱਧਰ ਨੂੰ ਜਾਏ, ਤਾਂ ਅਸੀਂ ਆਪਣੀ ਸੇਫਟੀ ਵਿੱਚ ਕੋਈ ਨਾ ਕੋਈ ਹੱਥ ਵਿੱਚ ਫੜਿਆ ਹੋਇਆ ਸੀ, ਅਸੀਂ ਕਿਸੇ ਦਾ ਕੋਈ ਵੀ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਕੀਤਾ। ਫਿਰ ਜਦੋਂ ਅਸੀਂ ਉੱਥੇ ਗਏ ਆ, ਉਹ ਜਿਹੜੇ ਮੋਟਰਸਾਈਕਲ ਭੱਜੇ ਆ, ਹਾਂਜੀ, ਜਦੋਂ ਅਸੀਂ ਉੱਥੇ ਪਹੁੰਚੇ ਆ, ਇਹ ਬੰਦੇ ਭੱਜਣ ਡੇ, ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ, ਉਹਦੇ ਵਿੱਚ ਘੋ ਮਤਲਬ ਲੜਦਿਆਂ ਉੱਥੇ ਕੁਝ ਕੁਰਸੀਆਂ ਭੱਜੀਆਂ, ਉਹਨਾਂ ਦਾ ਮੋਟਰਸਾਈਕਲ ਵੀ ਭੱਜਿਆ, ਠੀਕ ਆ। ਉਹ ਤੋਂ ਬਾਅਦ ਉਹ ਬੰਦੇ ਸਮਰਾਵਾਂ ਵੱਲ ਨੂੰ ਗਏ ਨੇ, ਕੁਝ ਬਾਬੇ ਲਖਵਿੰਦਰ ਸਿੰਘ ਦੇ ਘਰ ਵੜ ਗਏ ਨੇ, ਕੁਝ ਉਹਨਾਂ ਦੇ ਪਿਛਲੇ ਸੈਰ ਸਣੀ ਗਲੀ ਥਣੀ ਪਿੰਡ ਵਿੱਚ ਭੱਜ ਗਏ ਨੇ, ਫਿਰ ਅਸੀਂ ਉਹਨਾਂ ਦੀ ਭਾਲ ਦੇ ਵਿੱਚ ਪਿੰਡ ਵਿੱਚ ਵੀ ਗਏ, ਠੀਕ ਆ। ਅਸੀਂ ਮਤਲਬ ਗੁੱਸਾ ਸੀ, ਜਦੋਂ ਮੈਨੂੰ ਮਾਰ ਦੇਣ ਲੱਗੇ ਸੀ, ਅਸੀਂ ਮਤਲਬ ਸਾਡੇ ਕੁਝ ਵੋਟਰਾਂ ਦੇ ਸਪੋਰਟਰਾਂ ਦੇ ਮਤਲਬ ਗਾਲਾਂ ਵੀ ਕੱਢੀਆਂ ਹੋਣਗੀਆਂ, ਪਰ ਕਿਸੇ ਦਾ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਕੀਤਾ।